ਰੱਬ ਜਦੋਂ ਵੀ ਦਿੰਦਾ ਛੱਪੜ ਫਾਰ ਕੇ ਦਿੰਦਾ ਇੱਕ ਹਵਤ ਸਿੱਧ ਹੋ ਗਈ ਹੈ ਕੈਲਗਰੀ ਵਾਸੀ ਮਿਚਲ ਡਾਇਕ ਦੀ 70 ਮਿਲੀਅਨ ਡਾਲਰ ਦੀ ਲਾਟਰੀ ਨਿਕਲਦੀ ਹੈ ਜੋ ਕਿ ਕਰੀਬ ਭਾਰਤੀ ਕਰੰਸੀ ਦੇ ਵਿੱਚ 420 ਕਰੋੜ ਰੁਪਏ ਬਣਦਾ ਐ ਇੰਨੀ ਵੱਡੀ ਅਮਾਉਂਟ ਜਿੱਤਣ ਵਾਲਾ ਕੈਲਗਰੀ ਵਾਸੀ ਮਿਚਲ ਡਾਇਕ ਅਲਬਰਟਾ ਦਾ ਪਹਿਲੇ ਆਦਮੀ ਬਣ ਗਿਆ ਹੈ ਜੋ ਕਿ ਲੋਟੋ ਮੈਕਸ ਉਹਨੇ ਅਕਤੂਬਰ ਦੇ ਵਿੱਚ ਪਾਈ ਸੀ ਵੈਸਟਰਨ ਕੈਨੇਡਾ ਲਾਟਰੀ ਕਾਰਪੋਰੇਸ਼ਨ ਨੇ ਕਿਹਾ ਕਿ ਅਕਤੂਬਰ 21 ਨੂੰ ਨਿਕਲੇ ਡਰਾਅ ਦੇ ਵਿੱਚ ਮਿਚਲ ਡਾਇਕ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ ਤੇ ਜਦੋਂ ਮਿਚਲਨਾਂ ਇਸ ਬਾਰੇ ਗੱਲ ਕੀਤੀ ਗਈ ਤੇ ਉਹਨੇ ਕਿਹਾ ਕਿ ਉਹ ਰੂਟੀਨ ਵਿੱਚ ਲੋਟਰੀ ਨਹੀਂ ਪਾਉਂਦਾ ਪਰ ਜਦੋਂ ਕੋਈ ਕੈਸ਼ੀਅਰ ਨੂੰ ਪੁੱਛਦਾ ਕਿ ਲੋਟਰੀ ਪਾਉਣੀ ਹੈ ਤੇ ਉਹ ਮਨਾਂ ਵੀ ਨਹੀਂ ਕਰਦਾ ਸੋ ਇੰਨੀ ਵੱਡੀ ਰਕਮ ਦੀ ਪ੍ਰਾਪਤੀ ਹੋਣੀ ਉਹਦੇ ਲਈ ਇੱਕ ਬਹੁਤ ਹੀ ਹੈਰਾਨੀ ਜਨਕ ਸੀ ਜਦੋਂ ਉਹ ਲੋਟਰੀ ਦੀ ਚੈੱਕ ਕਰਨ ਗਿਆ ਤੇ ਜਦੋਂ ਉਹਨੇ ਕੈਸ਼ੀਅਰ ਨੂੰ ਪੁੱਛਿਆ ਤੇ ਉਹਨੂੰ ਲੱਗਾ ਕਿ ਇਹ 70000 ਡਾਲਰ ਦਾ ਨਾਮ ਹੈ ਪਰ ਕੈਸ਼ੀਅਰ ਨੇ ਉਹਨੂੰ ਕਿਹਾ ਕਿ ਇਹ 1000 ਗੁਣਾ ਉਹਦੀ ਐਕਸਪੈਕਟੇਸ਼ਨ ਤੋਂ ਵੱਧ ਹੈ ਸੋ ਉਸਦੇ ਪਲਾਨ ਦੇ ਬਾਰੇ ਪੁੱਛਿਆ ਗਿਆ ਤੇ ਉਹਨੇ ਕਿਹਾ ਕਿ ਅਜੇ ਉਸ ਨੇ ਇਸ ਬੰਦ ਕੋਈ ਪਲਾਨ ਨਹੀਂ ਕੀਤਾ ਹੈ ਤੇ ਉਹ ਸਿਰਫ 크리스마ਸ ਦੀਆਂ ਛੁੱਟੀਆਂ ਆਪਣੀ ਫੈਮਿਲੀ ਦੇ ਨਾਲ ਵਧੀਆ ਤਰੀਕੇ ਨਾਲ ਮਨਾਉਣ ਦੇ ਲਈ ਜਾ ਰਿਹਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਜ਼ਿੰਦਗੀ ਬਹੁਤ ਵਧੀਆ ਹੈ ਤੇ ਇਹਨੂੰ ਵਧੀਆ ਤਰੀਕੇ ਨਾਲ ਜੀਣ ਦੇ ਲਈ ਉਹ ਆਪਣੀ ਫਾਈਨੈਂਸ਼ੀਅਲ ਪਲਾਨਿੰਗ ਕਰੇਗਾ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਕੇਂਦਰ ਕਰੇਗਾ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਲਈ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ